आज देश भर में हरियाली तीज का त्यौहार बड़ी धूमधाम से मनाया जा रहा है। चैलेंज न्यूज के सभी दर्शकों को हरियाली तीज की बहुत बहुत बधाई, शुभकामनाएं, ढेरों बधाई हमारी तरफ से। वैसे तो यह त्यौहार महिलाओं के द्वारा मनाया जाता है, लेकिन देश विदेश में जहाँ कहीं भी भारतीय रहते हैं वहाँ पर इस त्यौहार को बहुत ही धूमधाम से मनाया जाता है। ऐसे ही इसी कड़ी में आपको आइए ले चलते हैं इटली के ब्रेसिया शहर, जहाँ पर जे रिसोर्ट में इस त्यौहार को पंजाबी परिवारों ने बहुत धूमधाम से मनाया। उत्सव को ऑर्गेनाइज किया मनदीप सिंह और बलविंदर कौर ने। यह इसी त्यौहार में इंद्रजीत विर्क, जो कि पंजाबी कॉमेडियन है, उनको सम्मानित किया गया। और जिन महिलाओं ने यहाँ पर भाग लिया वो सभी सम्मानित की गई। जैसे कि आप जानते हैं कि पंजाबी बहुत ही मनमोजी होते हैं, जहाँ कहीं भी रहते हैं वो अपनी भारतीय परंपराओं और त्योहारों को बड़ी धूमधाम से मनाते हैं। आइए आपको सीधे ले चलते हैं इटली के ब्रेसिया शहर, जहाँ पर हमारी संवाददाता जसविंदर कौर उपस्थित हैं। वो आपको सीधे इस उत्सव से रिपोर्ट करें। सत श्री अकाल मनदीप जी, हाँ जी सत श्री अकाल जी। तुसी तियां दा मेला कर रहे हो हाँ जी। ते तुसी इटली दे विच कर रहे हो, ब्रेशिया च कर रहे हो हाँ जी। ते किवें तुसी ऑर्गेनाइज कीता, किवें लोकां नूं इकट्ठे कीता ते की उपराला कीता? सत श्री अकाल जी। सब तों पहलां असल 'च मेरी ना मुढ़ कदीम तों इक सोच आ, उह आ पंजाबी कल्चर। चाहे वह पंजाबी भंगड़ा होवे, दस्तार होवे, पंजाबी बोली होवे, ना हमेशा कोशिश रही आ कि इहनूं जिन्ना इस दे म्यार नूं उच्चा चक्किया जावे उन्ना चक्कीदा आ। एक कोशिश है क्योंकि जी पंजाबीयत आ ये सिर्फ दिखावे की नहीं, साढ़े अंदर भी होनी चाहिए है। इस मुख रखते हैं असं ये तियां का मेला उलीकिया से, पर तियां का मेले का मतलब ये नहीं सगा कि डीजे ते सिर्फ नच के आप घर चले गए। असी इस मेले के काफ़ी कुछ अच्छा किया, स्पीच भी सी, काफ़ी टाइटल कटे जिन्होंने पंजाबी सूट पूरे प्रोपर पाए थे, अपने जो पंजाबी लोग विरसा साडा है, सगी फुल पंजाबी जुत्ती पंजाब साडा गिद्धा तवीतियां कैंठे ज्यादातर कुड़ियां नूं नहीं पता हैगा कि नॉलेज नहीं पता है कि ब्याजड़ा कुड़ियां नूं के तीज आतियां हुंदियां जिहड़ी नवीं जनरेशन आ रही उहनां नूं पता लगदा पता लगदा थोड़ा बहुत ਤੇ ਵੈਸੇ ਅਸੀਂ ਪਹਿਲੀ ਵਾਰੀ ਉਪਰਾਲਾ ਕੀਤਾ ਜੀ, ਪਰ ਜਿੰਨਾ ਇਕੱਠ ਸੀਗਾ ਸਾਨੂੰ ਬਹੁਤ ਖੁਸ਼ੀ ਹੋਈ ਕਿ ਸਾਨੂੰ ਬਹੁਤ ਹੀ ਭਰਵਾਂ ਸਹਿਯੋਗ ਮਿਲਿਆ। ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹ ਹਰ ਸਾਲ ਇਹ ਤੀਆਂ ਦਾ ਮੇਲਾ ਮਨਾਉਂਦੇ ਰਹੀਏ। ਅਤੇ ਜਿਸ ਤਰ੍ਹਾਂ ਇਸ ਸਾਲ ਸੀਗਾ ਕਾਫੀ ਵਧੀਆ ਵਧੀਆ ਹੋ ਗਿਆ, ਅਤੇ ਮਤਲਬ ਇਸ ਸਾਲ ਜਵਾਬ ਵੀ ਕਿੱਥੇ ਕਿ ਸਾਡੇ ਪੰਜਾਬੀ ਵਿਰਸੇ ਬਾਰੇ ਕਿ ਸਾਡੇ ਪੰਜਾਬੀ ਵਿਰਸੇ ਦੇ ਵਿੱਚ ਜੋ ਜੋ ਸਾਡੇ ਨਾਲ ਸਾਡੇ ਬਜ਼ੁਰਗਾਂ ਤੋਂ ਸਾਨੂੰ ਮਿਲਿਆ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਵਿੱਚ ਕਾਫੀ ਸਵਾਲ ਜਵਾਬਾਂ ਤੋਂ ਬਾਅਦ ਐਂਡ ਦੇ ਉੱਤੇ ਅਸੀਂ ਇੱਕ ਮਿਸ ਪੀ ਦਾ ਜਿਹੜਾ ਉਹ ਸਨਮਾਨ ਕੀਤਾ, ਜਿਸ ਭੈਣ ਨੇ ਸਾਡੇ ਸਭ ਤੋਂ ਵਧੀਆ ਪਰਫੋਰਮੈਂਸ ਪੰਜਾਬੀ ਪਹਿਰਾਵਾ ਸੀਗਾ ਉਹਦੇ ਵਿੱਚ ਉਹਨਾਂ ਨੇ ਗਿੱਧਾ ਪਾਇਆ, ਪਿਓਰ ਪੰਜਾਬੀ, ਸੰਦੀਪ ਬਾਰਡ ਉਹਨਾਂ ਦਾ ਨਾਂ ਹੈ ਜਿਹਨਾਂ ਨੂੰ ਅੱਜ ਟਾਈਟਲ ਦਿੱਤਾ ਗਿਆ ਮਿਸ ਤੀਜ। ਅਤੇ ਬਾਕੀ ਮੈਂ ਤੁਹਾਨੂੰ ਸਹੀ ਦੱਸਾਂ, ਜੇ ਰਿਸੋਰਟ ਵਾਲਿਆਂ ਨੇ ਬਹੁਤ ਸਾਥ ਦਿੱਤਾ ਸਾਡਾ, ਅਤੇ ਮੈਨੂੰ ਆਪ ਨੂੰ ਵੀ ਖੁਸ਼ੀ ਆ ਕਿ ਮੈਂ ਇਸ ਸ਼ੋਅ ਨੂੰ ਔਰਗਨਾਈਜ਼ ਕੀਤਾ ਆਪਣੇ ਹਰ ਇੱਕ ਤਰੀਕੇ ਦੇ ਨਾਲ, ਕਾਫੀ ਕਈ ਰਾਤਾਂ ਬੜੇ ਉਤਸ਼ਾਹ ਆਈਆਂ, ਸਾਰੀਆਂ ਬੀਬੀਆਂ ਆਈਆਂ ਤਿਆਰੀ ਕਰਕੇ ਆਈਆਂ, ਤਿਆਰੀ ਕਰਕੇ ਆਈਆਂ, ਵਧੀਆ ਲੱਗਾ। ਬਾਕੀ ਹੋਰ ਵੀ ਬੜੇ ਸਨਮਾਨ ਹੋਏ ਇਸ ਮੇਲੇ ਵਿੱਚ, ਇਹਨਾਂ ਦਾ ਵੀ ਸਨਮਾਨ ਹੋਇਆ। ਇਹ ਇੰਦਰਜੀਤ ਵਿਰਕ ਆ, ਤੁਹਾਨੂੰ ਪਤਾ ਕਿ ਇਹ ਇਟਲੀ ਦਾ ਬੈਸਟ ਕਮੇਡੀਅਨ ਆ, ਅਤੇ ਕਰੋਨਾ ਟਾਈਮ ਦੇ ਵਿੱਚ ਵੀ ਇਹਨੇ ਜਿੰਨਾ ਸਾਨੂੰ ਹਸਾਇਆ ਸਾਰਿਆਂ ਨੂੰ, ਜਦੋਂ ਆਪਣੇ ਚਿਹਰਿਆਂ ਦੇ ਉੱਤੇ ਸਾਰਿਆਂ ਦੇ ਉੱਤੇ ਨਾ ਮੁਰਝਾਏ ਹੋਏ ਸੀ ਚਿਹਰੇ, ਡਰ ਲੱਗਦਾ ਸੀ, ਅਤੇ ਉਸ ਟਾਈਮ ਇੰਦਰਜੀਤ ਵਿਰਕ ਨੇ ਮੇਰੇ ਹਿਸਾਬ ਨਾਲ ਸਭ ਤੋਂ ਵੱਧ ਵੀਡੀਓ ਪਾਈ, ਜਿਸ ਕਰਕੇ ਅੱਜ ਇਹ ਡਿਜ਼ਰਵ ਕਰਦਾ ਸੀ, ਇਹਨੂੰ ਇੱਕ ਸਨਮਾਨ ਦਿੱਤਾ ਗਿਆ ਬੈਸਟ ਕਮੇਡੀਅਨ ਦਾ ਇਟਲੀ ਦਾ। ਸੋ ਵਧੀਆ ਲੱਗਾ ਸਾਨੂੰ ਕਿ ਇਹ ਵੀ ਸਾਡੇ ਕੋਲ ਆਇਆ, ਆਪਣਾ ਟਾਈਮ ਕੱਢ ਕੇ ਕੰਮ ਤੋਂ ਛੁੱਟੀ ਕਰਕੇ ਆਇਆ, ਅਤੇ ਸਾਡੇ ਭੈਣ ਜੀ ਹੁਣੀ ਘੱਟ ਤੋਂ ਘੱਟ ਇੱਥੋਂ 170 ਕਿਲੋਮੀਟਰ ਜੇ ਮੈਂ ਕਹਿ ਦਵਾਂ ਐਡੀ ਦੂਰ ਪਹੁੰਚੇ ਹੈ, ਅਤੇ ਸਾਡੇ ਭਾਅ ਜੀ ਖੁਸ਼ਬੀਰ ਹੁਣੀ ਇਹ ਸਾਡੇ ਕੋਲ ਪਹੁੰਚੇ। ਮਤਲਬ ਇੱਕ ਹੋਰ ਚੀਜ਼ ਸੀ, ਇੱਕ ਹੁੰਦਾ ਵੀ ਤੀਆਂ ਦਾ ਮੇਲਾ ਕਰਵਾ ਦਿੱਤਾ ਜੀ, ਭੈਣਾਂ ਇਕੱਲੀਆਂ ਹੀ ਆ ਗਈਆਂ, ਨਹੀਂ ਜਿੰਨੇ ਵੀਰ ਵੀ ਆਏ ਉਹ ਵੀ ਸਾਰੇ ਆਪਣਾ ਆਪਣੇ ਤਰੀਕੇ ਨਾਲ ਇੰਜੋਏ ਕੀਤਾ, ਜਿਸ ਦਾਇਰੇ ਦੇ ਵਿੱਚ ਰਹਿ ਕੇ, ਯਾਨੀ ਕਿ ਕੁੱਲ ਮਿਲਾ ਕੇ ਜੇ ਟੋਟਲੀ ਮੈਂ ਐਂਡ ਤੇ ਇਹ ਕਹਿ ਦਵਾਂ ਇੱਕ ਫੈਮਿਲੀ ਮੇਲਾ ਵੀ ਸੀ, ਜਿਹਦੇ ਵਿੱਚ ਤੀਆਂ ਦਾ ਇੰਜੋਏ ਵੀ ਹੋਇਆ ਅਤੇ ਪ੍ਰੋਗਰਾਮ ਬਹੁਤ ਵਧੀਆ ਸੀ। ਬਾਕੀ ਇੰਦਰਜੀਤ ਸਾਹਿਬ, ਬਾਕੀ ਮੈਂ ਇਹੀ ਕਹਿਣਾ ਚਾਹਾਂਗਾ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਅਤੇ ਕਰੋਨਾ ਵਾਇਰਸ 2 ਸਾਲ ਤੋਂ ਚੱਲਦਾ ਪਿਆ, ਲੋਕ ਕਾਫੀ ਮਤਲਬ ਇਟਲੀ ਦੇ ਵਿੱਚ ਐਵੇਂ ਇਕੱਠ ਨਹੀਂ ਹੋਇਆ ਅਤੇ ਸਾਰੇ ਬੋਰ ਬੈਠੇ ਸਨ, ਸਾਰੇ ਬਹੁਤ ਹੀ ਖੁਸ਼ੀ ਦੇ ਮਤਲਬ ਲੈ ਕੇ ਅਤੇ ਇੱਥੇ ਆਏ ਹੋਏ ਸਨ, ਅਤੇ ਕੁੜੀ ਸਾਰਾ ਕੁਝ ਭੁਲਾਤਾ ਕਾਫੀ ਹੈ ਕਿ ਨਹੀਂ ਹੈਗਾ ਕੁਛ ਵੀ, ਵਧੀਆ ਇੰਜੋਏ ਕੀਤਾ। ਮੈਂ ਤਾਂ ਇਹ ਕਹੂੰਗਾ ਕਿ ਤੁਸੀਂ ਦੇਖਿਆ ਹੋਣਗੇ ਸਾਡੀ ਜਿਹੜੀ ਕਮਿਊਨਿਟੀ ਦੇ ਵਿੱਚ, ਸੋਚਿਆ ਨਾ ਵੀ ਸ਼ਰਾਬੀ ਸ਼ਰਾਬ ਪੀ ਕੇ ਨਾ ਕੋਈ ਕੋਈ ਬਣ ਜਾਂਦੇ, ਖੋਲੀਆਂ ਤੱਕ ਬਣ ਜਾਂਦੇ ਆ। ਬੀਬੀਆਂ 'ਚ ਇੰਨਾ ਉਤਸ਼ਾਹ ਸੀ, ਤੁਸੀਂ ਉਹ ਬੈਂਚ ਦੇਖ ਲਓ ਕਿੰਨੇ ਸੁੱਟ ਕੇ ਗਈਆਂ, ਉਹ ਨੱਚਦੀਆਂ ਦਿਖਾਓ ਕੈਮਰੇ। ਅਤੇ ਬਾਕੀ ਸਭ ਤੋਂ ਵਧੀਆ ਮੈਨੂੰ ਤਾਂ ਇੱਕ ਚੀਜ਼ ਲੱਗੀ, ਜਿਹੜਾ ਬੀਬੀਆਂ ਨੇ ਮਤਲਬ ਭੂਤ ਭੰਗੜਾ ਪਾਇਆ ਸਾਰੀਆਂ ਨੱਚ ਕੇ। ਇਹ ਤਾਂ ਚਲੋ ਤੀਆਂ ਦਾ ਮੇਲਾ ਸੀ, ਸਪੋਰਟਸ ਵਾਸਤੇ ਕਰੋਗੇ? ਅਸਲ ਦੁਨੀਆ ਇੱਕ ਮਕਸਦ ਨੂੰ ਲੈ ਕੇ ਬਾਹਰ ਆਉਂਦੀ, ਹਾਂਜੀ ਉਹ ਮਕਸਦ ਹੁੰਦਾ ਪੈਸਾ, ਪਰ
ਸਾਡੇ ਵਾਸਤੇ ਪੈਸਾ ਤਾਂ ਹੈਗਾ ਹੀ ਹੈਗਾ ਪਰ ਸਾਡੇ ਵਾਸਤੇ ਸਾਡਾ ਕਲਚਰ ਸਾਡਾ ਵਿਰਸਾ ਸਾਡੀਆਂ ਖੇਡਾਂ ਉਹ ਪਹਿਲਾਂ ਆ ਹਾਂਜੀ ਤੇ ਅਸੀਂ ਉਹਦੇ ਲਈ ਪਹਿਲਾਂ ਵੀ ਖੜੇ ਸੀ ਅੱਜ ਵੀ ਖੜੇ ਹਾਂ ਸਾਡੇ ਨਾਲ ਅੱਗੇ ਵੀ ਖੜਾਂਗੇ ਉਹ ਚਾਹੇ ਕਬੱਡੀ ਹੋਵੇ ਚਾਹੇ ਫੁੱਟਬਾਲ ਹੋਵੇ ਚਾਹੇ ਹਾਕੀ ਹੋਵੇ ਚਾਹੇ ਕ੍ਰਿਕਟ ਕੋਈ ਵੀ ਖੇਡ ਆ ਖੇਡ ਕੋਈ ਵੀ ਮੈਚ ਹੋ ਰਿਹਾ ਨੋਵੇ ਲਾਰੇ ਹਾਂਜੀ ਕਬੱਡੀ ਦਾ ਮੈਚ ਹੋ ਰਿਹਾ ਹਾਂਜੀ ਹਾਂਜੀ ਨੋਵੇ ਲਾਰੇ ਹਾਂਜੀ ਹਾਂਜੀ ਸੋ ਉਹਨਾਂ ਨੂੰ ਕਾਫੀ ਵੀਡੀਓਜ਼ ਆਪਾਂ ਨੇ ਸ਼ੇਅਰ ਕੀਤੀ ਸੀ ਜਿਹੜਾ ਕੁੜੀ ਦਾ ਦੁੱਲਾ ਬੱਗੇ ਪਿੰਡੀਆ ਉਹਨਾਂ ਨੇ ਇਟਲੀ ਨੂੰ ਸਪੋਰਟ ਕਰਦੇ ਹੋਏ ਹਾਂਜੀ ਹਾਂਜੀ ਵੀਡੀਓ ਪਾਈਏ ਵੀ ਇਕੱਠੇ ਹੋਵੋ ਰਲ ਮਿਲ ਕੇ ਉਹਨਾਂ ਨੇ ਮੈਨੂੰ ਵੀ ਕਿਹਾ ਸੀ ਕਹਿੰਦੇ ਤੁਸੀਂ ਬੀਬੀਆਂ ਦੀ ਜੇ ਤੁਸੀਂ ਬਣ ਸਕਦੇ ਹੋ ਕੈਪਟਨ ਬਣ ਸਕਦੇ ਹੋ ਤਾਂ ਕਬੱਡੀ ਦਾ ਆਪਾਂ ਕਰ ਲੈ ਮੈਂ ਉਹਨਾਂ ਨੂੰ ਕਿਹਾ ਸੀ ਕਿ ਕਬੱਡੀ ਦਾ ਤੁਸੀਂ ਕਰੋ ਕਿਉਂਕਿ ਮੈਂ ਪਹਿਲਾਂ ਪਹਿਲੇ ਨੰਬਰ 'ਚ ਮੈਂ ਹੈਗੀ ਹਾਂ ਤਿਆਰ ਹਾਂ ਮੈਂ ਬਾਨੇ ਨੂੰ ਕੋਲ ਬੀਬੀਆਂ ਨੂੰ ਇਕੱਠੀਆਂ ਕਰਾਂ ਪਰ ਪੰਜਾਂ ਦੇ ਡਿਪੈਂਡ ਆਉਣਾ ਚਾਹੀਦਾ ਇਸ ਕੰਮ 'ਚ ਇਸ ਕੰਮ ਦੇ ਵਿੱਚ ਜ਼ਰੂਰੀ ਕਿਉਂਕਿ ਆਪਾਂ ਪੰਜਾਬ ਵੀ ਪੰਜਾਬ ਸਕੂਲ ਦੇ ਵਿੱਚ ਪੜ੍ਹੀ ਹਾਂ ਸਾ ਤਕਰੀਬਨ ਪੰਜਾਬ ਤੋਂ ਜਿਹੜਾ ਬਿਲੋਂਗ ਕਰਦੇ ਹਾਂ ਉਹ ਪੰਜਾਬੀ ਸਕੂਲ 'ਚ ਪੜ੍ਹੀ ਹਾਂ ਉੱਥੇ ਆਪਾਂ ਨੇ ਹਮੇਸ਼ਾ ਆਪਾਂ ਭਾਗ ਲਿੱਤਾ ਕਬੱਡੀ ਦੇ ਵਿੱਚ ਲਿੱਤਾ ਖੋ ਖੋ ਦੇ ਵਿੱਚ ਲਿੱਤਾ ਡਿਸਕਸ ਦੇ ਵਿੱਚ ਲਿੱਤਾ ਆਪਾਂ ਖੇਡਾਂ ਦੇ ਵਿੱਚ ਲਿੱਤਾ ਤੇ ਚਾਹੀਦਾ ਵੀ ਇੱਥੇ ਵੀ ਉਪਰਾਲਾ ਇਹ ਹੋਵੇ ਕੱਲ੍ਹ ਓਲੰਪਿਕ ਖੇਡਾਂ ਹੋ ਕਿਹੜੇ ਤੁਸੀਂ ਦੇਖਿਆ ਹੋਣਾ ਸਾਡੀਆਂ ਭੈਣਾਂ ਕਮਲਜੀਤ ਕੌਰ ਬਹੁਤ ਵੱਡੀ ਗੱਲ ਆ ਐਡੀ ਓਲੰਪਿਕ ਦੇ ਵਿੱਚ 6ਵੇਂ ਨੰਬਰ ਤੇ ਹੋ ਸਾਡੀ ਭੈਣ ਹਾਕੀ ਵਾਲੀਆਂ ਸਾਡੀਆਂ ਭੈਣਾਂ ਸੀ ਦੇਖ ਲਓ ਸੈਮੀਫਾਈਨਲ ਖੇਡ ਕੇ ਗਈਆਂ ਉਹ ਤੇ ਬਹੁਤ ਵੱਡੀ ਗੱਲ ਆ ਐਡੀਆਂ ਓਲੰਪਿਕ ਇੰਨੇ ਉੱਥੇ ਸੈਂਕੜੇ ਕਬੱਡੀ ਵਾਸਤੇ ਵੈਸੇ ਮੈਂ ਟੀਮ ਇਕੱਠੀ ਕਰ ਲਈ ਹੋਈ ਆ ਇੱਕ ਤਾਂ ਹੈਗੀ ਆ ਟੀਮ ਸੀ ਆਪਣੀਆਂ ਧੀਆਂ ਭੈਣਾਂ ਨੂੰ ਜਿਹੜਾ ਉਹ ਵੱਧ ਤੋਂ ਵੱਧ ਬੜਾਵਾ ਦੇਈਏ ਠੀਕ ਆ ਨਾ ਕਿਉਂਕਿ ਜੇ ਮੈਂ ਇੱਕ ਗੱਲ ਕਹਾਂ ਕਿ ਜੇ ਧੀ ਆ ਤਾਂ ਸਾਰਾ ਕੁਝ ਆ ਇੱਕ ਧੀ ਆ ਧੀ ਤੋਂ ਬਾਅਦ ਹੀ ਇੱਕ ਮਾਂ ਆ ਫਿਰ ਮਾਂ ਕਈ ਰਿਸ਼ਤਿਆਂ ਦਾ ਜਨਮ ਹੁੰਦਾ ਧੀ ਤੋਂ ਬਾਅਦ ਮਾਂ ਬੇਟੀ ਪਤਨੀ ਨੂੰ ਸੱਸ ਨਾਨੀ ਦਾਦੀ ਅਤੇ ਈਵਨ ਕਿ ਵੰਸ਼ ਨੂੰ ਚਲਾਉਣ ਵਾਲੀ ਇੱਕ ਔਰਤ ਹੈ ਠੀਕ ਹੈ ਨਾ ਥੈਂਕ ਯੂ ਸੋ ਮੈਂ ਚੈਲੇਂਜ ਨਿਊਜ਼ ਦੀ ਟੀਮ ਨੂੰ ਵਧਾਈ ਦਿੰਦਾ ਉਹ ਇੱਥੇ ਪਹੁੰਚੇ ਆਪਣਾ ਜਿਹੜਾ ਟਾਈਮ ਕੱਢਿਆ ਉਹਨਾਂ ਨੇ ਅਤੇ ਸਾਡੀ ਆਵਾਜ਼ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਦੂਰ ਦੂਰ ਤੱਕ ਪਹੁੰਚਾਉਣ ਵਾਸਤੇ ਸੋ ਕਿਉਂਕਿ ਇਹ ਜਿਹੜਾ ਪਲੇਟਫਾਰਮ ਹੁੰਦੇ ਨਾ ਤੁਸੀਂ ਕਿੱਡਾ ਵੀ ਵੱਡਾ ਕੋਈ ਈਵੈਂਟ ਕੁਝ ਵੀ ਕਰ ਲਵੋ ਉਹਨਾਂ ਚਿਰ ਤੁਹਾਡਾ ਜਿਹੜਾ ਈਵੈਂਟ ਇੱਕ ਤਰ੍ਹਾਂ ਛਿਪਿਆ ਰਹਿ ਜਾਂਦਾ ਜਿੰਨਾ ਚਿਰ ਤੁਹਾਡਾ ਮੀਡੀਆ ਤੁਹਾਨੂੰ ਸਾਥ ਨਹੀਂ ਦਿੰਦਾ ਜਦੋਂ ਕੋਈ ਚੈਨਲ ਮੀਡੀਆ ਦੇ ਜ਼ਰੀਏ ਤੁਹਾਡੀ ਗੱਲ ਦੂਰ ਦੂਰ ਤੱਕ ਪਹੁੰਚਦੀ ਆ ਬਹੁਤਿਆਂ ਕੰਨਾਂ ਤੱਕ ਜਾਂ ਬਹੁਤੀਆਂ ਅੱਖਾਂ ਤੱਕ ਕੋਈ ਚੀਜ਼ ਜਾਂਦੀ ਆ ਤਾਂ ਉਸ ਵਕਤ ਤੁਹਾਡਾ ਜਿਹੜਾ ਇੱਕ ਤਾਂ ਆਪਣਾ ਚਾਹ ਦੁੱਗਣਾ ਹੋ ਜਾਂਦਾ ਦੂਜਾ ਜਿਹੜਾ ਤੁਹਾਡਾ ਕੰਮ ਕਰਨ ਦਾ ਵੇ ਆ ਨਾ ਉਹ ਤੁਹਾਨੂੰ ਇਹ ਅੰਦਰੋਂ ਅੰਦਰੀ ਇਹ ਪ੍ਰੇਰਿਤ ਕਰਦਾ ਆਪਣੇ ਆਪ ਨੂੰ ਕਿ ਆਪਾਂ ਅਗਲੀ ਵਾਰੀ ਇਸ ਤੋਂ ਵੀ ਵਧੀਆ ਕਰੀਏ ਸੋ ਮੈਂ ਤੁਹਾਡਾ ਚੈਨਲ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਸੋ ਮੈਂ ਇਹ ਵੀ ਗੱਲ ਇਸ ਨਿਊਜ਼ ਨੂੰ ਚੈਲੇਂਜ ਨਿਊਜ਼ ਦੀ ਵਧੀਆ ਗੱਲ ਹੈ ਕਿ ਇਹ ਕਬੱਡੀ ਨੂੰ ਫੁੱਟਬਾਲ ਨੂੰ ਹਮੇਸ਼ਾ ਸਪੋਰਟ ਕਰਦੇ ਨੇ ਹਾਂਜੀ ਅਤੇ ਵਧੀਆ ਲੱਗਦਾ ਨਾਲੇ ਤੁਸੀਂ ਆਏ ਹੋ ਇੰਨੀ ਦੂਰੋਂ ਮਤਲਬ ਸਾਡੇ ਨਾਲੇ ਇੰਟਰਵਿਊ ਲੈ ਆਏ ਦੇ ਲਈ ਵੀ ਬਹੁਤ ਬਹੁਤ ਧੰਨਵਾਦ ਇੰਦਰਜੀਤ ਕੋਲੋਂ ਜਾਂਦੇ ਨਾ ਜਰੇ ਦੁਨੀਆਂ ਤਾਂ ਇੱਥੇ ਮੈਂ ਬਹੁਤ ਦੇਖ ਲਈ ਪਰ ਮੇਰੀ ਮਾਂ ਮੇਰੀ ਬੇਬੇ ਨਾਲੋਂ ਵੱਧ ਮੈਨੂੰ ਕੋਈ ਪਿਆਰ ਨਾ ਕਰੇ ਸੋ ਇਹਦੇ ਨਾਲ ਇੱਕ ਇਟਲੀਆਨੋ ਚ ਸੌਂਗ ਲਿਖਿਆ ਸੀ ਇੱਕ ਦੇਸੀ ਇਟਲੀਆਨੋ ਚ ਸੌਂਗ ਲਿਖਿਆ ਸੀ ਉਹਦਾ ਟੱਪਾ ਸੁਣਾ ਕੇ ਫਿਰ ਆਪਾਂ ਚਾਓ ਚਾਓ ਕਰ ਦਿੰਦੇ ਤੁਹਾਨੂੰ ਕਹਿੰਦਾ ਉਹ ਜਦੋਂ ਹੱਸ ਕੇ ਉਹ ਦਿੰਦੀ ਮੈਨੂੰ ਚਾਓ ਜੀ ਬਲਾ ਉਹ ਖੰਡ ਮਿਸ਼ਰੀ ਜੀ ਬਣ ਕਹਿੰਦੀ ਬੈਲੋ ਕੋਮੇਵਾ ਉਹ ਜੀ ਕੋ ਜਾ ਫਾਰੇ ਕੰਦੋ ਲਿਬਰਾ ਦੋਵੇਂ ਅੰਦਾਰੇ ਉਹ ਗੱਲ ਸੱਚੀ ਦੱਸੀ ਲਾਈ ਨਾ ਯੱਟਾ ਪਿਛਲੇ ਸੰਡੇ ਵਾਂਗੂ ਲਾਰੇ ਉਹ ਤਤੜੀ ਦਾ ਇੰਨਾ ਮੋਹ ਵੇਖ ਕੇ ਜੱਟ ਜਾਂਦਾ ਪੂਰਾ ਹਿੱਲ ਲਈ ਪਾਰਲਾ ਇਤਲਿਆਨੋ ਵਲੋਚੇ ਰਾਜੇ ਮੇਰੇ ਵੱਲੋਂ ਥੋੜੀ ਢਿੱਲ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਇਸ ਤੋਂ ਬਾਅਦ ਜਿਹੜਾ ਮਿਸ ਚੀਜ਼ ਦਾ ਸਨਮਾਨ ਆ